ਇੱਕ ਬੰਦਾ ਪਹਾੜਾਂ ਦੇ ਵਿੱਚ ਸ਼ਿਕਾਰ ਕਰਨ ਵਾਸਤੇ ਗਿਆ ਤੇ ਉੱਥੇ ਇੱਕ ਬਜ਼ੁਰਗ ਫਿਰ ਰਿਹਾ ਸੀ। ਉਹਦਾ ਅਚਾਨਕ ਪੈਰ ਤਿਲਕਾ ਡਿੱਗ ਲੱਗਾ ਤੇ ਉਹ ਬੰਦੇ ਨੇ ਉਹਨੂੰ ਫੜ ਲਿਆ। ਬਜ਼ੁਰਗ ਕਹਿੰਦਾ ਪੁੱਤਰ ਅੱਜ ਤੂੰ ਮੇਰੀ ਜਾਨ ਬਚਾਈ ਏ ਮੰਗ ਜੋ ਮੰਗ ਲਈ। ਕਹਿੰਦਾ ਬਾਬਾ ਜੀ ਅੱਲਾ ਦਾ ਦਿੱਤਾ ਮੇਰੇ ਕੋਲ ਸਾਰਾ ਕੁਝ ਹੈ। ਮੈਂ ਕੁਝ ਨਹੀਂ ਲੈਣਾ। ਬਜ਼ੁਰਗ ਨੇ ਉਹਨੂੰ ਫੇਰ ਕਿਹਾ ਕਹਿੰਦਾ ਨਹੀਂ ਬਾਬਾ ਜੀ ਅੱਲਾ ਦਾ ਦਿੱਤਾ ਮੇਰੇ ਕੋਲ ਸਾਰਾ ਕੁਝ ਹੈ। ਬਜ਼ੁਰਗ ਕਹਿੰਦਾ ਪੁੱਤਰ ਮੈਂ ਆਪਣੀ ਖੁਸ਼ੀ ਨਾਲ ਤੈਨੂੰ ਇੱਕ ਤੋਹਫ਼ਾ ਦੇਣਾ ਤੈਨੂੰ ਜ਼ਿੰਦਗੀ ਦੇ ਵਿੱਚ ਕੰਮ ਆਏਗਾ। ਬਜ਼ੁਰਗ ਨੇ ਆਪਣੇ ਝੋਲੇ ਦੇ ਵਿੱਚੋਂ ਇੱਕ ਡੱਬੀ ਕੱਢੀ ਕਹਿੰਦਾ ਪੁੱਤਰ ਅਗਰ ਤੇਰੀ ਉਮਰ ਜ਼ਿਆਦਾ ਹੋ ਜਾਵੇ ਤੇ ਇਹਨਾਂ ਛਾਂ ਗੋਲੀਆਂ ਦੇ ਵਿੱਚੋਂ ਤੂੰ ਦੋ ਗੋਲੀਆਂ ਖਾ ਲੈਣੀਆਂ ਨੇ ਉਹ ਗੋਲੀਆਂ ਖਾਂਦੇ ਆ ਸਾਰੀ ਤੂੰ 16 ਸਾਲ ਦਾ ਜਵਾਨ ਲੜਕਾ ਬਣ ਜਾਏਗਾ ਜੇ ਤੂੰ ਚਾਰ ਗੋਲੀਆਂ ਇਕੱਠੀਆਂ ਖਾ ਲੀਆਂ ਫਿਰ ਤੂੰ ਛਾਂ ਮਹੀਨਿਆਂ ਦਾ ਛੋਟਾ ਜਿਹਾ ਬੱਚਾ ਬਣ ਜਾਏਗਾ ਉਹ ਗੋਲੀਆਂ ਲੈ ਕੇ ਬੜਾ ਖੁਸ਼ ਹੋਇਆ ਉਹਨੇ ਬਾਬੇ ਦਾ ਸ਼ੁਕਰੀਆ ਅਦਾ ਕੀਤਾ ਤੇ ਚਲਾ ਗਿਆ ਉਹ ਸ਼ਿਕਾਰ ਕਰਕੇ ਆ ਕੇ ਦਰਖਤ ਦੇ ਥੱਲੇ ਬਹਿ ਗਿਆ ਉਹਨੇ ਸੋਚਿਆ ਕਹਿੰਦਾ ਯਾਰ ਜੇ ਮੈਂ ਗੋਲੀਆਂ ਆਪਣੇ ਕੋਲ ਰੱਖੀਆਂ ਇਹ ਤਾਂ ਖਰਾਬ ਹੋ ਜਾਣੀਆਂ ਨੇ ਮੈਂ ਆਪਣੇ ਘਰ ਭੇਜ ਦੇਣਾ ਉਨੇ ਉਹ ਗੋਲੀਆਂ ਦੇ ਡੱਬੇ ਆਪਣੇ ਘਰ ਭੇਜ ਦਿੱਤੇ ਤੇ ਨਾਮ ਲਿਖ ਦਿੱਤਾ ਮਾਂ ਜੀ ਇਹ ਗੋਲੀਆਂ ਬਹੁਤ ਜ਼ਿਆਦਾ ਕੀਮਤੀ ਨੇ ਇਹਨਾਂ ਨੂੰ ਸੰਭਾਲ ਕੇ ਰੱਖਿਓ ਕਿਤੇ ਗਵਾ ਨਾ ਦਿਓ ਕੁਝ ਚਿਰ ਬਾਅਦ ਉਹ ਬੰਦਾ ਸ਼ਿਕਾਰ ਕਰਕੇ ਆਪਣੇ ਘਰ ਗਿਆ ਤੇ ਉਹਨੇ ਘਰ ਦਾ ਦਰਵਾਜ਼ਾ ਖੜਕਾਇਆ ਇੱਕ 16 ਸਾਲ ਦੀ ਯੰਗ ਲੜਕੀ ਜਿਹਨੇ ਹੱਥ ਦੇ ਵਿੱਚ ਛੋਟਾ ਜਿਹਾ ਬੱਚਾ ਫੜਿਆ ਹੋਈ ਉਹਨੇ ਦਰਵਾਜ਼ਾ ਖੋਲਿਆ ਕਹਿੰਦਾ ਸੋਰੀ ਸਿਸਟਰ ਮੈਂ ਗਲਤ ਦਰਵਾਜ਼ਾ ਖੜਕਾ ਦਿੱਤਾ ਮੈਨੂੰ ਲੱਗਦਾ ਮੇਰਾ ਘਰ ਕਿਤੇ ਅੱਗੇ ਆ ਕਹਿੰਦੀ ਨਹੀਂ ਪੁੱਤਰੇ ਤੇਰਾ ਹੀ ਘਰ ਹੈ ਤੇ ਮੈਂ ਤੇਰੀ ਮਾਂ ਆ ਕਹਿੰਦਾ ਬਾਜੀ ਜਦ ਦਿਮਾਗ ਦਾ ਇਲਾਜ ਕਰਵਾ ਤੇਰਾ ਤੇ ਮੇਰਾ ਜ਼ਮੀਨ ਅਸਮਾਨ ਦਾ ਫਰਕ ਆ ਤੂੰ ਮੇਰੀ ਮਾਂ ਕਿਵੇਂ ਹੋ ਸਕਦੀ ਹੈ ਉਹ ਕੁੜੀ ਕਹਿੰਦੀ ਪੁੱਤਰ ਮੇਰਾ ਇੱਕ ਦਿਨ ਬੜਾ ਸਿਰ ਪੀੜ ਕਰਨ ਦੇ ਸੀ ਤੇ ਜਿਹੜੀਆਂ ਤੂੰ 6 ਗੋਲੀਆਂ ਭੇਜੀਆਂ ਸੀ ਉਹਨਾਂ ਦੇ ਵਿੱਚੋਂ ਮੈਂ ਖਾ ਬੈਠੀ ਦੋ ਗੋਲੀਆਂ ਤੇ ਮੈਂ ਹੋ ਗਈ 16 ਸਾਲਾਂ ਦੀ ਉਹ ਬੰਦਾ ਕਹਿੰਦਾ ਉਹ ਗੱਲ ਤੇ ਤੇਰੀ ਠੀਕ ਹੈ ਤੇ ਆ ਹੱਥ ਦੇ ਵਿੱਚ ਬੱਚਾ ਕੌਣ ਕਹਿੰਦੀ ਹੈ ਤੇਰਾ ਪਿਓ ਹੀ ਤੇ ਬੜਾ ਤੱਤਾ ਬੰਦਾ ਹੈ ਚਾਰ ਦੀਆਂ ਚਾਰ ਇਕੱਠੀਆਂ ਖਾ ਗਿਆ ਆਪ ਬਿਠਾਈ ਚੋਲੀ ਦੇ ਵਿੱਚ ਕਾਕਾ ਬਣ ਕੇ